ਕੀਤਾ ਟਾਈਮ ਸਾਨੂੰ। ਸਾਰਾ ਇਹੀ ਸਰਦੀਆਂ ਸਾਰੀਆਂ ਇਹੀ ਅੱਛਾ ਕੰਮ ਚਾਚੂ, ਇੱਕ ਹੋਰ ਗੱਲ ਕਰੀ ਜਿਹੜਾ ਨਾ ਜਾਂਦਾ ਤੁਹਾਡੇ ਕੋਲੋਂ ਮੈਂ ਪੁੱਛਣੀ ਸੀ ਕਿ ਇਹ ਜਿਹੜਾ ਤੁਸੀਂ ਕਬੂਤਰ ਹੁਣ ਸਾਰੀ ਗੱਲ ਤੁਸੀਂ ਵੀ ਉਡਾ ਰਹੇ ਹੋ ਹੁਣ, ਮੌਸਮ ਅੱਗੋਂ ਨਮੀ ਵਾਲਾ ਥੋੜ੍ਹਾ ਜਿਹਾ ਹੋ ਗਿਆ, ਅਤੇ ਉਹਦੇ ਵਿੱਚ ਜਿਹੜਾ ਨਾ ਇਹ ਮਤਲਬ ਕਬੂਤਰਾਂ ਨੂੰ ਜਿਵੇਂ ਕਿ ਮੈਂ ਖੁਦ ਸਿਲੈਕਸ਼ਨ ਕਰਨਾ ਇਸ ਨਜ਼ਰੀਏ ਤੋਂ, ਮਤਲਬ ਕਬੂਤਰ ਨੂੰ ਪੱਕਾ ਕਰਨ ਦੇ ਹਵਾਲੇ ਦੇ ਨਾਲ, ਕਿ ਉਹ ਗਰਮੀ 'ਚ ਜ਼ਿਆਦਾ ਜਲਦੀ ਸਹੀ ਪੱਕਾ ਬੈਸਟ ਕਬੂਤਰ ਹੁੰਦਾ ਜਾਂ ਸਰਦੀ 'ਚ? ਨਹੀਂ ਹੁਣ ਕਬੂਤਰ ਜਿਹੜੇ ਨਾ ਉਹ ਸਹੀ ਹੈ, ਹੁਣ ਸਹੀ ਨੇ ਉਹਦੇ ਥੋੜ੍ਹੀ ਕਰੋ ਇਸ ਤਰ੍ਹਾਂ। ਮੈਂ ਤੈਨੂੰ ਪਹਿਲੇ ਵੀ ਕਿਹਾ ਜੇ ਇਹਦੇ ਕਬੂਤਰ ਨੂੰ ਹਿਲਾਉਣਾ ਜੀ, ਉਸ ਵੇਲੇ ਹਰ ਬੰਦੇ ਮੋਢੇ 'ਤੇ ਧਰਿਆ ਹੁੰਦਾ ਕੱਪੜਾ, ਕਿੱਥੇ ਕਬੂਤਰਾਂ ਪੱਲਾ ਮਾਰਨਾ। ਹੁਣ ਥੋੜ੍ਹਾ ਜਿਹਾ ਅਮਨ ਚੈਨ, ਬਾਜ਼ੀਆਂ ਮੁੱਕ ਗਈਆਂ ਨਾ, ਹੁਣ ਨਵੇਂ ਕਬੂਤਰ ਕੱਢੋ, ਪੋਲੇ ਪੋਲੇ ਗੇੜ ਗੁੜ ਕੇ ਬਹਿ ਜਾਣ, ਤਾਂ ਕਿ ਚੇਤਰ 'ਚ ਨਵੇਂ ਕੱਢੋਗੇ ਉਹ ਤੁਹਾਡੇ ਬਹਿਣ ਨਹੀਂ ਦੇਣੇ ਲੋਕਾਂ। ਉਹ ਸਾਰੀ ਗੱਲ, ਹਰ ਪਾਸੋਂ ਪੱਲੇ ਵੱਜਦੇ ਹੁੰਦੇ ਨੇ ਕਬੂਤਰ ਪਾਏ ਹੁੰਦੇ ਨੇ, ਸਾਰੇ 20 ਰੁਪਿਆ ਕੋਈ ਛੱਡਦੇ, ਕੋਈ ਕਾਣੀਆਂ ਕੱਜਲ। ਹਾਂ ਇੱਕ ਮਿਸਾਲ ਬਣੀ ਹੈ ਨਾ ਚੇਤਰ ਦੇ ਵਿੱਚ, ਅਤੇ ਉਹ ਭਾਅ ਜੀ ਹੁਣ ਜਿਹੜੇ ਕਬੂਤਰ, ਮੈਂ ਸ਼ੁਰੂ ਤੋਂ ਮੇਰਾ ਆਪਣਾ ਵੀ ਸ਼ੌਕ ਇਸੇ ਤਰ੍ਹਾਂ ਮੈਂ ਕਰਦਾ ਲੱਗਾ ਹੁੰਦਾ, ਮੈਂ ਜਿਹੜੇ ਕਬੂਤਰ ਸਰਦੀਆਂ 'ਚ ਉਹਨਾਂ ਨੂੰ ਹਿਲਾ ਲੈਣਾ, ਵੀ ਚੇਤਰ ਵਿਸਾਖ ਦੇ ਜਿਹੜੇ ਕਬੂਤਰ ਨੇ ਉਹ ਗੁਆਣਾ ਵਾ ਨਾ, ਜਿੰਨਾ ਗੁਆਚਣਾ ਹੁਣ ਹੀ ਗੁਆਚ, ਹੁਣ ਹੀ ਗੁਆਚ, ਸਾਰੀ ਸਰਦੀਆਂ ਦਾਣਾ ਖਾਣਾ, ਦਾਣਾ ਖਾ ਖਾ ਕੇ ਜੀ ਕਬੂਤਰ ਇਕੱਠੇ ਕਰੋ ਇਕੱਠੇ ਕਰੋ, ਜਦੋਂ ਇਕੱਠੇ ਕਰ ਲੈਣੇ ਉਹਨਾਂ ਨੂੰ ਦਿਲ 'ਚ 7 ਮਹੀਨੇ ਬਾਅਦ ਵਿੱਚ ਪੂਰੇ ਆ ਗਈਆਂ। ਹੁਣ ਕਿੰਨੀਆਂ ਛੱਤਾਂ ਮੇਰੇ ਨਾਰਿਆਂ ਤੋਂ ਵੇਖੀ, 7 ਮਹੀਨੇ ਪੂਰੇ, 7 ਮਹੀਨੇ ਪੂਰੇ ਹੁੰਦੇ। ਅਤੇ ਦੂਸਰੇ ਨੰਬਰ 'ਤੇ ਚਾਚੂ ਇਹ ਗੱਲ ਹੁੰਦੀ ਹੈ ਕਿ ਐਨ ਟਾਈਮ 'ਤੇ ਅਸੀਂ ਕਬੂਤਰ ਕੱਢਦੇ ਹਾਂ ਨਾ ਬਾਹਰ, ਮਤਲਬ ਸਾਲ ਸਾਲ ਪੁਰਾਣੇ ਲਿਆ ਕੇ ਕਬੂਤਰ ਅਸੀਂ ਡੱਕਦੇ ਹਾਂ, ਫਿਰ ਜਿਹੜੀ ਉਹ ਤਕਲੀਫ ਹੁੰਦੀ ਹੈ ਨਾ ਕਿ ਸਾਲ ਪੂਰਾ ਯਾਰ ਕਬੂਤਰ ਨੂੰ ਸਾਂਭੀ ਰੱਖਿਆ, ਉਹ ਗਲਤੀ ਤੁਹਾਡੀ ਹੈ, ਕਬੂਤਰ ਤੁਰ ਗਿਆ ਨਹੀਂ, ਹੁਣ ਤੁਸੀਂ ਸਾਲ ਕੱਢੀ, ਇਹਨੂੰ ਹਿਲਣਾ ਕਿੱਥੋਂ, ਹਿਲਣਾ ਕਿੱਥੋਂ, ਮੈਂ ਹੁਣ ਬਾਹਰ ਕੱਢੋਗੇ, ਹੁਣ ਛੱਤ ਵੇਖੇਗਾ ਨਾ, ਹੁਣ ਲਾਪਰੇ ਨਾ, ਮੈਂ ਹੁਣ ਵੀ ਹਲੋਰੋਂ ਲਿਆ ਕੇ ਛੱਡੇ ਨੇ 5-6, ਤ੍ਰੈ ਮਾਸ਼ਾਲਾ ਗੇੜ ਕੇ ਬਹਿਣ ਲੱਗ ਪੈਣੇ, ਹੁਣ ਪੋਲਾ ਪੋਲਾ ਮਹੀਨਾ ਗਿਣ ਲੈਣਾ, ਇਹਨਾਂ ਕਦੀ ਵੀ ਨੀ 6 ਮਹੀਨੇ ਦਾਣਾ ਖਾਂਦਾ ਪੈਣ ਤੱਕ ਜਿਹੜਾ ਨਾ, ਇਹਨਾਂ ਨੇ ਮਤਲਬ ਆਪਣਾ ਥੋੜਾ ਘਰ ਘਰ ਜਾਣਾ, ਉਸ ਤੋਂ ਬਾਅਦ ਤੂੰ ਇਹਨਾਂ ਨੂੰ ਜਿਵੇਂ ਆਹ ਗੋਲ ਕਰ ਦਿੱਤੇ ਨੇ, ਗੋਲ ਕਰ ਐਵੇਂ ਗੋਲ ਕਰ, ਧੁੱਪ ਲੱਗੀ ਸਰਦੀ 'ਚ ਵੀ ਪੋਹ ਦੀ ਵੀ ਦਿਹਾੜੀ ਜਿਹੜੀ ਹੈ ਨਾ ਆਮ ਕਬੂਤਰ ਨਹੀਂ ਲਾਂਦਾ, ਸਰਦੀ ਦੀ ਸਭ ਤੋਂ ਛੋਟੀ ਦਿਹਾੜੀ ਪੋਹ ਦੀ ਹੈ, ਤੇ ਆਮ ਕਬੂਤਰ ਜਿਹੜਾ ਨਾ ਭੱਜ ਕੇ ਦਿਹਾੜੀ ਉਹ ਵੀ ਨੀ ਲਾ ਆਉਂਦਾ, ਚੀਜ਼ ਉਹ ਜਿਹੜੀ ਚੰਗੀ ਉਹਨੇ ਸਾਹਮਣੇ ਆਉਣਾ, ਘੰਟੇ ਕੋਈ 10 ਲਾਣੇ ਤੂੰ ਤੇ ਦਿਹਾੜੀ ਲਾਣੀ ਤੂੰ, ਚਲੋ ਦਰਜਾ ਹਰਾਰਤ ਦਾ ਨੀ ਘੰਟੇ, ਪਰ ਵੀ ਤੇ ਘੰਟਾ ਮਾਰਨਾ ਸੋਨਾ, ਭਾਵੇਂ ਠੰਡੇ 'ਚ ਮਾਰੇ ਜਾਂ ਗਰਮੀ 'ਚ ਮਾਰੇ, ਪਰ ਤੇ ਮਾਰ ਕੇ ਹੀ ਆਉਣਾ, ਬਿਲਕੁਲ ਇਹ ਗੱਲ ਹੁੰਦੀ ਹੈ ਕਿ ਕਬੂਤਰ ਨੂੰ ਹਮੇਸ਼ਾ ਵਾਸਤੇ, ਕਬੂਤਰ ਟੁੱਟੇ ਛੱਤ ਮਾਲਕ ਦੀ ਵੀ ਬਿਸਤੀ ਦਾ ਕੰਮ ਹੈ, ਵਿੱਚ ਯਾਰ ਤੇਰੇ ਇੰਨੇ ਟੁੱਟ ਗਏ ਨੇ ਕੀ ਕਰਨਾ ਪਿਆ, ਬੜੀ ਜਿਹੜਾ ਉਸਤਾਦ ਬਹਿਣਾ ਉਹਦੀ ਵੀ ਬਿਸਤੀ ਹੈ, ਯਾਰ ਤੇਰੇ ਇੰਨੇ ਟੁੱਟਦੇ ਨੇ ਪਾ ਕਬੂਤਰ, ਅਤੇ ਕਬੂਤਰ ਹਮੇਸ਼ਾ ਵਾਸਤੇ ਉਹ ਹੀ ਦਸਾਲਾ ਕਬੂਤਰ ਹੋਵੇ, ਉਹਨੂੰ ਸਾਲ ਟਾਈਮ ਦਿਓ, ਪੋਲਾ ਪੋਲਾ ਫੇਰੋ, ਫੇਰ ਕੇ ਤੇ ਆਰਾਮ ਨਾਲ ਜਦੋਂ ਉਹ ਗਿਰ ਜਾ ਘਰ ਹਿਲ ਜਾ, ਕੋਈ ਬੱਚਿਆਂ ਝੋਲੀ ਕੱਢੇ ਨਾ ਵੀ ਕੱਢੇ, ਚਲੋ ਉਹਨੂੰ ਸਾਲ ਪਹਿਲਾਂ। ਅੱਛਾ ਚਾਚੂ, ਇੱਕ ਹੋਰ ਗੱਲ ਮੈਂ ਤੁਹਾਡੇ ਕੋਲੋਂ ਪੁੱਛਣੀ ਸੀ ਕਿ ਤੁਸੀਂ ਜਿਹੜਾ ਨਾ ਕਰਦੇ ਹੋ, 2 ਸਾਲ ਪੁਰਾਣਾ ਕਬੂਤਰ ਹੋਵੇ ਫਿਰ ਹੀ ਤੁਸੀਂ ਬਾਜ਼ੀ 'ਚ ਪਾਉਂਦੇ ਹੋ, ਜੇ ਸਾਲ ਵੀ ਪੁਰਾਣਾ ਨਾ ਤੁਸੀਂ ਨਹੀਂ ਪਾਉਂਦੇ, ਉਹਦੇ ਬਾਰੇ ਉਹਦੇ ਹੀ ਕੁਛ ਦਿਓ। ਕਬੂਤਰ ਵੇਚਣਾ ਮੈਂ ਤੁਹਾਡੇ ਵੇਖੇ ਨੇ ਹੁੰਦੇ ਨੇ ਕਿ 10 ਵਜੇ ਵੀ ਬਹਿਣ ਵਾਲਾ ਹੁੰਦਾ, ਪਰ ਤੁਸੀਂ ਉਹ ਨਹੀਂ ਪਾਉਂਦੇ ਹੋ ਜਿਹੜਾ ਪੁਰਾਣਾ ਹੁੰਦਾ, ਨਵਾਂ ਕਬੂਤਰ ਨਹੀਂ ਪਾਉਂਦੇ ਭਾਵੇਂ ਜਿੱਡਾ ਮਰਜ਼ੀ ਅੱਛਾ ਹੋਵੇ, ਉਹਦਾ ਕੀ ਹੈ ਕੁਛ ਤੇ, ਜੇ ਉਹ ਆਪਣੇ ਖੂਨ ਦੀ ਲਾਜ ਰੱਖਦਾ ਨਾ ਵੀ ਮੈਂ ਕੋਈ ਦਾਣਾ 2 ਸਾਲ ਖਾਧਾ ਹੈ, ਇੰਨੀ ਕੋਈ ਗੱਲ ਤੇ ਹੁੰਦੀ ਹੈ। ਹਾਂਜੀ, ਤੇ ਹੁਣ ਭਾਈ ਬਾਅਦ ਦੇ ਵਿੱਚ ਉਹ ਹੀ ਨਿਕਲ ਆਉਂਦੇ ਨੇ ਵੀ ਨਮਕ ਹਰਾਮ ਕਰਨਾ ਜਾਂ ਤੇਰਾ ਨਮਕ ਖਾਧਾ, ਉਹਨੇ ਕਿਹਾ ਲੱਗਦਾ ਸਾਨੀ ਗੁੱਥੀ ਲੀਲਾ, ਇਹਨਾਂ ਤੇ ਨਹੀਂ ਤੇਰਾ ਖਾਧਾ ਹੋਣਾ, ਆਪਾਂ ਜਾਣੇ ਨਹੀਂ। ਮਤਲਬ ਤੁਹਾਡਾ ਇਹ ਨਜ਼ਰੀਆ ਹੁੰਦਾ ਕਿ ਪੁਰਾਣਾ ਕਬੂਤਰ ਜਿਹੜਾ ਨਾ ਉਹ ਘੱਟ ਘੰਟਾ ਦੌੜ ਲਵੇ ਤੇ ਘਰ ਆ ਜਾ, ਘਰ ਆ ਜਾ, ਘੰਟਿਆਂ ਦੀ ਐਵਰੇਜ ਹੀ ਬਾਦੀ ਚ ਇਹ ਹੀ ਨਹੀਂ ਆਉਂਦਾ ਅੱਗੇ। ਹਾਂਜੀ ਗੱਲ ਆ, ਐਵਰੇਜ ਤੇ ਹਿੱਟ ਦੇ ਹੋਇਆ ਨਾ, ਤੇ ਉਹ ਹਿੱਟ ਚ ਤੇ ਬੰਦਾ ਕਰ ਲੈਂਦਾ, ਕੋਈ ਇੱਕ ਅੱਧਾ ਕਬੂਤਰ ਹੋ ਗਿਆ ਚਲੋ ਘੱਟ ਵੀ ਜਾਏ ਤੇ ਹਿੱਟ ਖੜਨੀ ਹੈ, 4 ਘੰਟੇ ਕਬੂਤਰ ਡੇਲੀ ਲਾ ਕੇ ਆਉਣ ਡਿਆ ਹੋਵੇ ਨਾ, ਤੇ ਉਹਨੂੰ ਵੀ ਗਨੀਮਤ ਸਮਝੋ, ਕਿਉਂ ਤੁਹਾਡੇ ਉਹ ਤੇ ਤੁਹਾਡੀ ਕਮਜ਼ੋਰੀ ਹੈ ਨਾ, ਤੁਸੀਂ 4 ਘੰਟੇ ਵਾਲਾ ਪਾਇਆ, ਬਿਲਕੁਲ ਏਡੀ ਤੁਸੀਂ ਅਕਲ ਦੇ ਮਾਲਕ ਹੋਵੋ ਜਾਂ ਏਡੇ ਚੰਗੇ ਕਬੂਤਰ ਬਾਦ ਹੋਵੋ, ਤੇ ਕਬੂਤਰ ਸ਼ਾਮ ਵਾਲੇ ਸਾਰੇ ਪਾਲੋ, ਉਸ ਵੇਲੇ ਭਰਾਵਾ ਜਿੱਥੇ ਫੜਕਾਂ ਵੱਜਦੀਆਂ ਨੇ ਇਹੀ ਹੈ ਵੀ ਸਾਰਾ ਸਿਆਲ ਇਕੱਠੇ ਜਿੱਥੋਂ ਵੀ ਮਿਲਿਆ ਤੇਰੇ ਕੋਲ ਨੱਥੂ ਕੋਲ ਫਤੂ ਕੋਲ ਲਿਆ ਇਕੱਠੇ ਕਰ ਨੱਥੂ ਪਤੂ ਵਾੜਦੇ ਨੇ ਖੁੱਡੇ 'ਚ ਦਾਣਾ ਪਾਈ ਆਏ ਆ, ਜਿਵੇਂ ਫੱਗਣ ਚੇਤਰ ਚੜ੍ਹਦਾ ਉਹ ਅੱਜ ਕਿੰਨੇ ਨੀ 4 ਨੀ ਬੈਠੇ, ਅੱਜ ਨੀ ਕਿ 6 ਬੈਠੇ ਨੇ, 4 ਬਹਿ ਗਏ ਨੇ, ਉਹ ਕਰਦਿਆਂ ਕਰਾਉਂਦਿਆਂ ਭਾਅ ਜੀ ਜਦੋਂ ਬਾਜੀ ਨੇੜੇ ਆ ਜਾਂਦੀ ਹੈ ਉਹ 10 ਕਬੂਤਰ ਰਹਿ ਜਾਂਦੇ ਨੇ ਜਿਹੜੇ ਪਿਛਲੇ ਕੋਲ ਲੱਗੇ ਹੁੰਦੇ ਜਾਂ ਕੋਈ ਘਰ ਦਾ ਪੱਠੀ ਪੱਠਾ ਨਾ ਰਲ ਜਾ ਕਰਦਾ, ਬਸ ਇੰਨਾ ਹੀ ਹੁੰਦਾ। ਤੁਹਾਡੇ ਨਜ਼ਰੀਏ ਦੇ ਮੁਤਾਬਕ ਕਬੂਤਰ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਤੋਰਨਾ ਪੈਂਦਾ, ਠੀਕ ਹੈ,
थोड़ा थोड़ा हिलाना वा सर्दियों के दिन मैं खुद जेड़ा ना एक मेरा भी यही मैं उड़ाता एडा नहीं यही करना के पक्का होवे कबूतर पक्का कबूतर हो जाए ना फिर जरा जो चेतरे कडा गे पटाइया दांगे कबूतर नाल फुल लैस होएगा फिर होएगा पहले नंबर ते मैं गोल करके छड़ना पिया बारे तो की नहीं, बड़ी अच्छी गल गोल करके छड़ना मतलब कबूतर गहराई नहीं करता ना गहराई ना करे अद्धा घंटा घंटा कला ला के बह जाए ठीक है हेठा तो अपनी छत की पहचान हो जाती है पहचान हो गई समझो कबूतर हिल गया परेशान हो जाते तंग आ जाए जिदन कढ़ने पहले दिन ही निकल जाते वापस छुट्टी कैद कबूतर खुशहाल ने मैं इतने थले भी सन बड़े खुश सन कबूतर सारा दिन इन्हें फिरते टुटते रहना ठीक है लापर छड़े ने नवे भी कबूतर ने ते मैं जो भी कोई तंगी तकलीफ होंगी लाहौरों लिया के डाले दिन उड़ जाते लाहौर केड़ी छत जे बहुत मेहरबानी चाचू बहुत शुक्रिया जेड़ा सानू टाइम दिता शोक करांदे सारे भाईयां नू तरफों जी तुहानू सलाम अलैकुम जेड़ा भाई तुहानू सलाम आंदे ने प्यार करदे ने बहुत मतलब बैठे हैं बादशो 24 घंटे सर्विस है कोई रोला 24 घंटे सर्विस है आप भी होंगे ये फोन 12 बजे किया बंदे ने यार बंदा डिस्टर्ब हो गया वो अपने को कोई गल नहीं सही जो मर्जी कर ढाबेदार नंबर चाचू और 0348-74-6-16 बड़े भाई पुछते ने मेनू यार इन्हों का कॉन्टेक्ट नंबर भी शेयर कर दिया करो कबूतर मैं फिर अर्ज करना वा रिक्वेस्ट करना वा के अगो वायरस के हमले पैने ने जी जी इन्हों तो बचाने पहले ही उन्होंने कोई तोड़ कड लो ठीक है उन्होंने कोई पानी हाजमे आला पाई आवो उन्होंने ठंडे तत्ते का ख्याल करो ठीक है कोई रौला नहीं है बस बिलकुल बिलकुल ए चाचू साहब बना देसी माहौल है ठीक है ए देखो जी पिछे एक ढेरी तुहानू नजर आ रही है चाचू की मतलब कोई वली सन जिन्हां दी डेथ होई बंदे ने पुरानी साढ़े पैदा होने तो भी पहला जी तुहाडे पैदा होने तो भी पहला दी इत्थे बनी है सही हो गया ते ठीक है दोस्तो ए चाचू होरां दा बतकां चाचू होरां दा देसी माहौल मुर्गियां शुरगियां रखियां बगतां रखियां ने ते बड़ा कुछ रखिया है माल डंगर बकरियां भेड़ा मतलब चाचू होरां हर एक जिहड़ा ना आइटम रखी है परिंदियां दी जानवरां दी तो माशाल्लाह बहुत प्यार करते हैं अपने इन्होंने परिंदिया नाल ते बहुत मेहरबानी चाचू बहुत शुक्रिया ठीक है मिलने हैं जी किसी नए मौजू ते नए वीडियो ते सानू दे इजाजत अल्लाह हाफिज़ अल्लाह हाफिज़ जनाब कोई गल